ਅਸਲਾਮੁਅਲੈਕੁਮ ਵਰਹਮਤੁਲਾ ਵਬਰਕਾਤੁਹੁ। ਮੇਰੇ ਪਿਆਰੇ ਪਿਆਰੇ ਦੋਸਤੋ, ਸੱਜਣੋ, ਮਿੱਤਰੋ, ਬੇਲੀਓ, ਭੈਣਾਂ ਅਤੇ ਭਰਾਓ, ਹੋਰ ਸੁਣਾਓ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਅੱਲਾਹ ਤਾਲਾ ਸਭ ਨੂੰ ਠੀਕ ਰੱਖੇ, ਖੈਰ ਖਰੀਅਤ ਨਾਲ ਰੱਖੇ, ਸਿਹਤ ਰੱਖੇ ਅਤੇ ਤੰਦਰੁਸਤ ਰੱਖੇ। ਸੱਜਣੋ, ਇਹ ਪੰਜਾਬੀ ਚੈਨਲ ਫਰਿਆਦ ਮਹਿਮੂਦ ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ। ਮੈਂ ਤੁਹਾਡਾ ਮੇਜ਼ਬਾਨ ਸ਼ਰਫਤ ਅਲੀ ਰਹਿਮਾਨੀ। ਦੋਸਤੋ, ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਕਮੈਂਟ ਜਿਹੜੇ ਨੇ ਉਹ ਸੁਣਾਵਾਂਗੇ। ਅੱਜ ਅਸੀਂ ਕਮੈਂਟ ਜਿਹੜੇ ਨੇ ਉਹ ਪੜ੍ਹ ਕੇ ਸੁਣਾ ਰਹੇ ਹਾਂ ਦੋਸਤਾਂ ਦੇ। ਸਤ ਬਿਸਮਿਲ੍ਲਾ ਜੀ ਆਇਆਂ ਨੂੰ ਮੇਰੇ ਦੋਸਤੋ, ਅਤੇ ਇਨਸ਼ਾਅੱਲਾ ਅਸੀਂ ਤੁਹਾਡੇ ਨਾਂ ਜਿਹੜੇ ਨੇ ਪੇਸ਼ ਕਰਦੇ ਰਹਾਂਗੇ, ਅਤੇ ਵੇਹਣੇ ਹਾਂ ਵੀ ਪਹਿਲੇ ਸਾਡੇ ਦੋਸਤ ਸਾਡੇ ਕੋਲ ਜਿਹੜੇ ਨੇ ਉਹ ਕਿਹੜੇ ਪਹੁੰਚੇ ਨੇ। ਹਾਂਜੀ, ਸਾਡੇ ਜਿਹੜੇ ਪਹਿਲੇ ਦੋਸਤ ਨੇ ਜਿਹਨਾਂ ਸਾਨੂੰ ਕਮੈਂਟ ਕੀਤਾ ਹੈ, ਇਹਨਾਂ ਦਾ ਨਾਂ ਹੈ ਜ਼ੈਗਮ ਚੱਠਾ ਸਾਹਿਬ। ਇਹ ਕਹਿੰਦੇ ਨੇ ਜੀ, ਮੇਰਾ ਨਾਮ ਜ਼ੈਗਮ ਚੱਠਾ ਸਾਹਿਬ ਹੈ। ਵਾਹ ਬਾਬਾ ਜੀ, ਮਜ਼ਾ ਆਤਾ ਹੈ ਆਪਕੀ ਬਾਤ ਸੁਣਨੇ ਕਾ। ਬੇਟਾ, ਅੱਲਾਹ ਤਾਲਾ ਆਪਕੋ ਖੁਸ਼ ਰੱਖੇ, ਖੈਰ ਖਰੀਅਤ ਰੱਖੇ, ਸਿਹਤ ਰੱਖੇ, ਤੰਦਰੁਸਤ ਰੱਖੇ। ਬਸ ਇਸ ਤਰ੍ਹਾਂ ਸੁਣਦੇ ਰਹੋ ਅਤੇ ਖੁਸ਼ ਹੁੰਦੇ ਰਹੋ। ਹਾਂਜੀ, ਅੱਗੇ ਸਾਡੇ ਦੂਸਰੇ ਦੋਸਤ ਨੇ, ਉਹਨਾਂ ਨੇ ਗਏ ਮਨਿੰਦਰ ਸਿੰਘ, ਇਹ UK ਤੋਂ ਨੇ ਮਨਿੰਦਰ ਸਿੰਘ। ਇਹਨਾਂ ਨੇ ਕਮੈਂਟ ਕੀਤਾ ਜੀ, ਬਹੁਤ ਵਧੀਆ ਕਹਾਣੀ ਰਹਿਮਾਨੀ ਸਾਹਿਬ, ਥੈਂਕ ਯੂ ਫਾਰ ਸ਼ੇਅਰਿੰਗ, ਵੀ ਸਾਡੇ ਤੱਕ ਪਹੁੰਚਾਉਣ ਵਾਸਤੇ ਤੁਹਾਡਾ ਸ਼ੁਕਰੀਆ, ਬਹੁਤ ਅੱਛੀ ਕਹਾਣੀ। ਸਰਦਾਰ ਮਨਿੰਦਰ ਸਿੰਘ ਸਾਹਿਬ, ਅੱਲਾਹ ਤਾਲਾ ਆਪਕੋ ਖੁਸ਼ ਰੱਖੇ, ਖੈਰ ਖਰੀਅਤ ਰੱਖੇ, ਸਿਹਤ ਰੱਖੇ, ਤੰਦਰੁਸਤ ਰੱਖੇ, ਅਤੇ ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ, ਕਾਮਯਾਬ ਰੱਖੇ, UK ਦੇ ਵਿੱਚ ਖੈਰ ਖਰੀਅਤ ਰਹੋ, ਅਤੇ ਅੱਲਾਹ ਤਾਲਾ ਸਿਹਤ ਰੱਖੇ, ਤੰਦਰੁਸਤ ਰੱਖੇ। ਹਾਂਜੀ, ਅਗਲੇ ਸਾਡੇ ਦੋਸਤ ਨੇ ਜ਼ੀਸ਼ਾਨ ਹੈਦਰ ਸਾਹਿਬ, ਕਹਿੰਦੇ ਨੇ ਅਸਲਾਮੁਅਲੈਕਮ ਚਾਚਾ ਜੀ, ਹਮੇਸ਼ਾ ਖੁਸ਼ ਰਹੇ। ਅੱਲਾਹ ਤਾਲਾ ਆਪਕੋ ਵੀ ਬੇਟਾ ਖੁਸ਼ ਰੱਖੇ, ਆਪ ਵੀ ਖੈਰ ਖਰੀਅਤ ਨਾਲ ਰਹੇ, ਸਿਹਤ ਰੱਖੇ, ਤੰਦਰੁਸਤੀ ਰਹੇ, ਅਤੇ ਅੱਲਾਹ ਤਾਲਾ ਆਪਕੋ ਹਰ ਮੁਸ਼ਕਲਾਂ ਤੋਂ ਬਚਾ ਕੇ ਰੱਖੇ। ਹਾਂਜੀ, ਇਸੇ ਤਰ੍ਹਾਂ ਅਗਲੇ ਸਾਡੇ ਦੋਸਤ ਨੇ ਜਿਹਨਾਂ ਕਮੈਂਟ ਸਾਨੂੰ ਕੀਤਾ ਹੈ, ਇਹਨਾਂ ਦਾ ਨਾਮ ਹੈ ਮੁਹੰਮਦ ਸ਼ੁਏਬ ਸਾਹਿਬ। ਇਹ ਕਹਿੰਦੇ ਨੇ ਜੀ, ਇਹ ਮੁਹੰਮਦ ਸ਼ੁਏਬ ਮਲਕ ਅਟਕ ਸੇ, ਅਤੇ ਕਹਿੰਦੇ ਨੇ ਜੀ, ਵੈਰੀ ਨਾਈਸ, ਵੈਰੀ ਵੈਲ, ਬਹੁਤ ਅੱਛੀ ਵੀਡੀਓ ਤੁਹਾਡੀ ਜੀ। ਸ਼ੁਏਬ ਸਾਹਿਬ, ਅੱਲਾਹ ਤਾਲਾ ਆਪਕੋ ਖੁਸ਼ ਰੱਖੇ, ਖੈਰ ਖਰੀਅਤ ਰੱਖੇ, ਅਤੇ ਬਹੁਤ ਬਹੁਤ ਸ਼ੁਕਰੀਆ ਜਿਹੜੇ ਦੋਸਤ ਸਾਡੇ ਪਸੰਦ ਕਰਕੇ ਅਤੇ ਸਲਾਹਦੇ ਨੇ ਸਾਡੀਆਂ ਗੱਲਾਂ ਨੂੰ ਅਤੇ ਸੁਣਦੇ ਨੇ। ਅੱਲਾਹ ਤਾਲਾ ਉਹਨਾਂ ਨੂੰ ਖੈਰ ਖਰੀਅਤ ਨਾਲ ਰੱਖੇ, ਸਿਹਤ ਰੱਖੇ ਅਤੇ ਤੰਦਰੁਸਤ ਰੱਖੇ। ਹਾਂਜੀ, ਅਗਲੇ ਸਾਡੇ ਦੋਸਤ ਨੇ, ਇਹਨਾਂ ਦਾ ਨਾਂ ਹੈ ਜੀ ਅਹਿਮਦ ਅਲੀ ਸਾਹਿਬ। ਇਹ ਕਹਿੰਦੇ ਨੇ ਜੀ, ਬਹੁਤ ਅੱਛਾ ਜੀ। ਜੀ ਬਿਲਕੁਲ ਠੀਕ ਹੈ, ਅੱਲਾਹ ਤਾਲਾ ਆਪਕੋ ਵੀ ਅੱਛਾ ਹੀ ਰੱਖੇ, ਅਤੇ ਖੈਰ ਖਰੀਅਤ ਰੱਖੇ, ਸਿਹਤ ਰੱਖੇ, ਤੰਦਰੁਸਤ ਰੱਖੇ। ਜਿਹੜੇ ਸੱਜਣ ਖਾਲੀ ਨਾਂ ਲਿਖ ਕੇ ਭੇਜਦੇ ਨੇ ਉਹਨਾਂ ਦਾ ਵੀ ਸ਼ੁਕਰੀਆ ਅਦਾ ਹੈ, ਅਤੇ ਜਿਹੜੇ ਆਪਣਾ ਨਾਮ ਨਹੀਂ ਲਿਖਣਾ ਚਾਹੁੰਦੇ ਅਤੇ ਉਂਝ ਵੈਸੇ ਮੈਸੇਜ ਕਰ ਦਿੰਦੇ ਨੇ, ਕਮੈਂਟ ਕਰ ਦਿੰਦੇ ਨੇ, ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨੇ ਹਾਂ। ਹਾਂਜੀ, ਇਸੇ ਤਰ੍ਹਾਂ ਸਾਡੇ ਅਗਲੇ ਦੋਸਤ ਨੇ ਜਿਹਨਾਂ ਸਾਨੂੰ ਕਮੈਂਟ ਕੀਤਾ ਹੈ ਜੀ, ਉਹਨਾਂ ਦਾ ਨਾਂ ਹੈ ਮਹਿਦੀ ਗੁੱਜਰ ਵਜ਼ੀਰਾਬਾਦ ਤੋਂ ਨੇ। ਉਹ ਕਹਿੰਦੇ ਨੇ ਜੀ, ਹੁੱਕੇ ਦਾ ਸੂਟਾ ਕੰਮ ਲਾਇਆ ਕਰੋ ਜੀ। ਗੁੱਜਰ ਸਾਹਿਬ, ਗੱਲ ਇਹ ਚੀਜ਼ ਦੀ ਹੈ, ਹੁੱਕਾ ਕੋਈ ਐਸੀ ਗੱਲ ਨਹੀਂ, ਐਡਾ ਵੱਡਾ ਨਸ਼ਾ ਨਹੀਂ ਹੈਗਾ ਹੁੱਕਾ। ਇਹ ਹੁੱਕਾ ਜਿਹੜਾ ਇਹ ਸਿਰਫ ਇੱਕ ਆਦਤ ਹੈ ਇਨਸਾਨ ਨੂੰ, ਅਤੇ ਜੇ ਆਦਤ ਪੈ ਜਾਂਦੀ ਨਾ ਫਿਰ ਆਦਤ ਚਲੀ ਵੀ ਜਾਂਦੀ ਹੈ, ਕੋਈ ਮੁਸ਼ਕਲਾਂ ਨਹੀਂ ਹੈਗੀ। ਸਿਰਫ ਗੱਲ ਵਜ੍ਹਾ ਹੈ ਕਿ ਹੁੱਕਾ ਜਿਹੜਾ ਇਹ ਪੀਣ ਨਾਲ ਮੈਨੂੰ ਥੋੜ੍ਹੀ ਜਿਹੀ ਨਾ ਪੇਟ ਦੀ ਰਹਿੰਦੀ ਗੈਸ, ਕਿਉਂਕਿ ਮੈਂ ਨਵੀਨਾ ਵਾਂ, ਮੈਂ ਜ਼ਿਆਦਾ ਚੱਲ ਫਿਰ ਨਹੀਂ ਸਕਦਾ, ਜਿਸ ਵਜ੍ਹਾ ਨਾਲ ਮੈਂ ਬੈਠੇ ਰਹਿਣਾ, ਅਤੇ ਉਹ ਫਿਰ ਮੈਨੂੰ ਥੋੜ੍ਹੀ ਜਿਹੀ ਨਾ ਗੈਸ ਦਾ ਮਸਲਾ ਬਣ ਜਾਂਦਾ, ਅਤੇ ਤਾਂ ਵਾਸਤੇ ਮੈਂ ਫਿਰ ਹੁੱਕੇ ਦਾ ਜਿਹੜਾ ਨਾ ਉਹ ਘੁੱਟ ਭਰਦਾ ਰਹਿੰਦਾ। ਅਤੇ ਕੋਈ ਗੱਲ ਨਹੀਂ, ਅੱਲਾਹ ਤਾਲਾ ਆਪਕੋ ਖੈਰ ਖਰੀਅਤ ਰੱਖੇ, ਸਿਹਤ ਰੱਖੇ, ਤੰਦਰੁਸਤ ਰੱਖੇ, ਅਤੇ ਕੁੜੀ ਜਿਹੜੀ ਪਰੇਸ਼ਾਨ ਨਾਲ ਹੀ ਹੋਣ ਵਾਲੇ ਕੋਈ ਗੱਲ ਨਹੀਂ ਹੈਗੀ, ਅਤੇ ਖੁਸ਼ ਰਹੋ ਬਸ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ ਬਲਦੇਵ ਸਿੰਘ ਇੰਡੀਆ ਤੋਂ,
ਉਹ ਕਹਿੰਦੇ ਨੇ ਜੀ ਬਾਪੂ ਬਹੁਤ ਹੀ ਵਧੀਆ ਕਹਾਣੀ ਹੈ ਤੁਹਾਡੀ, ਮਜ਼ਾ ਆਉਂਦਾ ਤੁਹਾਡੀ ਕਹਾਣੀ, ਅਸੀਂ ਰੋਜ਼ ਸੁਣਦੇ ਹਾਂ। ਵਾਹ ਜੀ ਵਾਹ, ਕਿਆ ਬਾਤ ਹੈ ਜੀ ਬਲਦੇਵ ਸਿੰਘ ਸਾਹਿਬ, ਅੱਲਾਹ ਤਾਲਾ ਆਪ ਖੁਸ਼ ਰੱਖੇ, ਖੈਰ ਖਰੀਅਤ ਰੱਖੇ। ਸਾਡੇ ਇਹ ਵੀਰ ਜਿਹੜੇ ਇੰਡੀਅਨ ਦੇ ਨੇ, ਇੰਡੀਆ ਵਿੱਚ ਰਹਿਣ ਵਾਲੇ ਨੇ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਉਹ ਵੀ ਸਾਡੀ ਬਾਕਾਇਦਗੀਆਂ ਨਾਲ ਗੱਲਾਂ ਸੁਣਦੇ ਨੇ, ਕਹਾਣੀਆਂ ਸੁਣਦੇ ਨੇ ਅਤੇ ਸੁਲਾਹਦੇ ਨੇ। ਅੱਲਾਹ ਤਾਲਾ ਸਭ ਨੂੰ ਖੈਰ ਖਰੀਅਤ ਰੱਖੇ, ਸਿਹਤ ਰੱਖੇ। ਅਤੇ ਦੋਸਤੋ, ਅੱਗੇ ਦੋਸਤਾਂ ਅੱਗੇ, ਬੇਲੀਆਂ ਅੱਗੇ, ਸੱਜਣਾ ਅੱਗੇ ਵੀ ਸ਼ੇਅਰ ਕੀਤਾ ਕਰੋ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ ਤੀਫੂ ਚੌਧਰੀ ਲਾਹੌਰ ਤੋਂ, ਇਹਨਾਂ ਨੇ ਕੁਛ ਨਹੀਂ ਲਿਖਿਆ, ਸਿਰਫ ਆਪਣਾ ਨਾਮ ਹੀ ਲਿਖਿਆ ਜੀ। ਤੀਫੂ ਸਾਹਿਬ, ਅੱਲਾਹ ਤਾਲਾ ਆਪ ਨੂੰ ਖੁਸ਼ ਰੱਖੇ, ਖੈਰ ਖਰੀਅਤ ਰੱਖੇ। ਮੈਂ ਤੁਹਾਡੇ ਅੱਗੇ ਦੋ ਤਿੰਨ ਵਾਰੀ ਤੁਹਾਡੇ ਕਮੈਂਟ ਦਾ ਜਵਾਬ ਇਹ ਦਿੱਤਾ, ਜਦੋਂ ਤੁਸੀਂ ਕਹਿੰਦੇ ਸੀ ਵੀ ਮਰਾਸੀ ਤਾਂ ਫਲਾਣ ਤਾਂ ਠੀਕ, ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਰਹਿਮਾਨੀ ਹਾਂ, ਮੈਂ ਮਰਾਸੀ ਨਹੀਂ ਹੈਗਾ। ਅਤੇ ਅੱਲਾਹ ਤਾਲਾ ਆਪ ਨੂੰ ਖੁਸ਼ ਰੱਖੇ, ਖੈਰ ਖਰੀਅਤ ਰੱਖੇ, ਸਿਹਤ ਰੱਖੇ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ, ਉਹ ਕਹਿੰਦੇ ਨੇ ਜੀ ਮੈਂ ਇੰਡੀਆ ਤੋਂ ਹਾਂ, ਕਹਾਣੀ ਬਹੁਤ ਅੱਛੀ ਹੁੰਦੀ ਹੈ ਤੁਹਾਡੀ, ਮਾਸ਼ਾਅੱਲਾ। ਨਾਮ ਨਹੀਂ ਲਿਖਿਆ। ਮਾਸ਼ਾਅੱਲਾ ਜੀ, ਅਸੀਂ ਇੰਡੀਆ ਵਾਲੇ ਜਿਹੜੇ ਸਾਡੇ ਵੀਰ ਨੇ ਬਹੁਤ ਅੱਛੇ ਨੇ, ਅਸੀਂ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਾਂ, ਉਹਨਾਂ ਨੂੰ ਵੀ ਅਤੇ ਉਹਨਾਂ ਨੂੰ ਜੀ ਆਣ ਆਖਦੇ ਹਾਂ, ਕਿਉਂਕਿ ਉਹ ਇੰਡੀਆ ਤੋਂ ਸਾਡੇ ਨਾਲ ਸ਼ਾਮਿਲ ਹੁੰਦੇ ਨੇ। ਅੱਲਾਹ ਤਾਲਾ ਉਹਨਾਂ ਨੂੰ ਖੁਸ਼ ਰੱਖੇ, ਖੈਰ ਖਰੀਅਤ ਰੱਖੇ। ਅਤੇ ਸਜਣੋ, ਇੰਡੀਆ ਤੋਂ ਫੋਨ ਕਰੋ, ਮੈਸੇਜ ਕਰੋ, ਜਿੱਥੋਂ ਵੀ ਕੋਈ ਮੈਸੇਜ ਕਰੇ, ਇਹ ਸਜਣਾ ਨੂੰ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਨਾ ਇੰਨੀ ਹਿੰਦੀ ਜਾਣਦੇ ਹਾਂ, ਨਾ ਅੰਗਰੇਜ਼ੀ ਜ਼ਿਆਦਾ ਅਸੀਂ ਜਾਣਦੇ ਹਾਂ, ਸਿੱਧੀ ਗੱਲ ਹੈ। ਅਸੀਂ ਪੰਜਾਬੀ ਦੇ ਅਸੀਂ ਬੰਦੇ ਹਾਂ, ਸਾਨੂੰ ਪੰਜਾਬੀ ਵਿੱਚ ਜਾਂ ਉਰਦੂ ਵਿੱਚ ਗੱਲ ਲਿਖੋ, ਜਿਹੜੀ ਵੀ ਲਿਖੋ, ਕਿਉਂਕਿ ਇੱਕ ਦੋ ਮੈਸੇਜ ਵਿੱਚ ਆਏ ਨੇ ਉਹ ਹਿੰਦੀ 'ਚ ਲਿਖਿਆ ਹੁੰਦਾ ਹੈ, ਤਾਂ ਸਾਡੇ ਬਾਤ ਸਮਝਣ ਜਿਹੜੀ ਨਾ, ਔਰ ਥੋੜ੍ਹੀ ਜਿਹੀ ਮੁਸ਼ਕਲਾਤ ਹੋ ਜਾਂਦੀ ਹੈ। ਅਤੇ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ, ਅਤੇ ਖੈਰ ਖਰੀਅਤ ਰੱਖੇ, ਅਤੇ ਸਿਹਤ ਰੱਖੇ। ਬਸ ਇਸ ਤਰ੍ਹਾਂ ਸੁਣਦੇ ਰਹੋ ਅਤੇ ਖੁਸ਼ ਰਹੋ। ਹਾਂਜੀ, ਅਗਲੇ ਸਾਡੇ ਦੋਸਤ ਨੇ ਜਿੰਨਾ ਕਮੈਂਟ ਕੀਤਾ ਹੈ, ਇਹਨਾਂ ਦਾ ਨਾਂ ਹੈ ਜੀ ਅਫਜ਼ਲ ਵਾਲਾ ਜੱਟ ਸਾਹਿਬ ਬੱਦੋ ਮੱਲੀ ਤੋਂ ਨੇ। ਇਹ ਕਹਿੰਦੇ ਨੇ ਜੀ ਅਸਲਾਮੁ ਅਲੈਕਮ, ਅੱਲਾਹ ਆਪਕੋ ਸਿਹਤ ਤਾਂ ਸਿਹਤ ਦੇ, ਮੈਂ ਸਾਊਦੀ ਅਰਬ ਸੇ ਹੂੰ, ਮੈਂ ਆਪਕੀ ਵੀਡੀਓ ਪਸੰਦ ਕਰਤਾ ਹੂੰ। ਜੀ ਵਾਲਾ ਜੱਟ ਸਾਹਿਬ, ਅੱਲਾਹ ਤਾਲਾ ਆਪਕੋ ਕਾਮਯਾਬ ਰੱਖੇ, ਖੈਰ ਖਰੀਅਤ ਰੱਖੇ ਸਾਊਦੀ ਅਰਬ ਮੇਂ, ਅਤੇ ਬਹੁਤ ਅੱਛਾ ਹੈ, ਬਹੁਤ ਅੱਛਾ ਹੈ, ਤੁਸੀਂ ਨਾਲੇ ਆਪਦਾ ਕਾਰੋਬਾਰ ਵੀ ਕਰਦੇ ਹੋ, ਨਾਲੇ ਸਾਡੀਆਂ ਗੱਲਾਂ ਕਹਾਣੀਆਂ ਵੀ ਸੁਣਦੇ ਹੋ ਅਤੇ ਸੁਲਾਹਦੇ ਹੋ, ਅਤੇ ਅੱਲਾਹ ਤਾਲਾ ਤੁਹਾਨੂੰ ਕਾਮਯਾਬ ਰੱਖੇ, ਅਤੇ ਤੁਹਾਡੇ ਖੈਰ ਖਰੀਅਤ ਰੱਖੇ, ਹਰ ਇੱਕ ਕਿਸਮ ਦੀ ਪਰੇਸ਼ਾਨੀ ਤੋਂ ਮਹਿਫੂਜ਼ ਰੱਖੇ। ਹਾਂਜੀ, ਇਸੇ ਤਰ੍ਹਾਂ ਅਗਲੇ ਸਾਡੇ ਦੋਸਤ ਨੇ, ਇਹਨਾਂ ਨੇ ਸਿਰਫ ਆਪਣਾ ਨਾਮ ਹੀ ਲਿਖਿਆ ਜੀ, ਮੁਹੰਮਦ ਅਸ਼ਰਫ ਸਾਹਿਬ ਜੀ। ਮੁਹੰਮਦ ਅਸ਼ਰਫ ਸਾਹਿਬ, ਅੱਲਾਹ ਤਾਲਾ ਆਪਕੋ ਵੀ ਸਲਾਮਤ ਰੱਖੇ, ਖੈਰ ਖਰੀਅਤ ਰੱਖੇ, ਸਿਹਤ ਰੱਖੇ, ਤੰਦਰੁਸਤ ਰੱਖੇ, ਅਤੇ ਠੀਕ ਹੈ। ਜਿੰਨਾ ਵੀ ਕੋਈ ਲਿਖਦਾ ਚਾਹੇ, ਜੇ ਖਾਲੀ ਨਾਂ ਲਿਖਦਾ ਤਾਂ ਵੀ ਅਸੀਂ ਉਹਨਾਂ 'ਤੇ ਸ਼ੁਕਰ ਗੁਜ਼ਾਰ ਹਾਂ, ਅਤੇ ਜੇ ਕੋਈ ਨਾ ਗੱਲ ਲਿਖਦਾ ਤਾਂ ਵੀ ਠੀਕ ਹੈ। ਜਿਸ ਤਰ੍ਹਾਂ ਸੱਜਣ ਮੁਨਾਸਬ ਸਮਝਦੇ ਨੇ, ਉਹ ਤਾਂ ਸਾਨੂੰ ਲਾਈਕ ਅਤੇ ਕਮੈਂਟ ਜ਼ਰੂਰ ਕੀਤਾ ਕਰੋ। ਹਾਂਜੀ, ਅਤੇ ਦੋਸਤ ਆਪਣੀ ਫਰਮਾਇਸ਼ ਵੀ ਦੱਸ ਸਕਦੇ ਨੇ ਵੀ ਤੁਸੀਂ ਕਿਸ ਤਰ੍ਹਾਂ ਦੀਆਂ ਕਹਾਣੀਆਂ ਸੁਣਨੀਆਂ ਚਾਹੁੰਦੇ ਹੋ ਜਾਂ ਲਤੀਫੇ ਸੁਣਨੇ ਚਾਹੁੰਦੇ ਹੋ, ਅਸੀਂ ਉਹ ਵੀ ਪੇਸ਼ ਕਰ। ਹਾਂ ਬਿਲਕੁਲ ਬਿਲਕੁਲ, ਅਸੀਂ ਲਤੀਫੇ ਕਹਾਣੀਆਂ ਜਿਹੜੀਆਂ ਨੇ ਉਹ ਸਜਣਾ ਨੂੰ ਜਿਹੜੀਆਂ ਸੁਣਾ ਚੁੱਕੇ ਹਾਂ, ਉਹਨਾਂ ਵਿੱਚੋਂ ਉਹ ਸੁਣਨਾ ਚਾਹੇ ਜਾਂ ਕੋਈ ਅੱਗੋਂ ਨਵੀਂ ਸੁਣਨਾ ਚਾਹੇ, ਜਿਹੜੀ ਸਾਨੂੰ ਫਰਮਾਇਸ਼ ਕਰੇਗਾ, ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ ਗੁਫਾਰ ਸਾਹਿਬ, ਉਹ ਕਹਿੰਦੇ ਨੇ ਥੈਂਕ ਯੂ ਬ੍ਰਦਰ, ਬਹੁਤ ਸ਼ੁਕਰੀਆ ਜੀ ਜੀ ਜੀ। ਗੁਫਾਰ ਸਾਹਿਬ, ਅੱਲਾਹ ਤਾਲਾ ਆਪਕੋ ਖੁਸ਼ ਰੱਖੇ, ਖੈਰ ਕਰੀਏ ਰੱਖੇ, ਸਿਹਤ ਰੱਖੇ, ਤੰਦਰੁਸਤ ਰੱਖੇ, ਅਤੇ ਅੱਲਾਹ ਤਾਲਾ ਤੁਹਾਨੂੰ ਸਾਡੀਆਂ ਕਹਾਣੀਆਂ ਗੱਲਾਂ ਸੁਣਨ ਦੀ ਤੌਫੀਕ ਦਿੱਤੀ ਰੱਖੇ, ਹਿੰਮਤ ਦਿੱਤੀ ਰੱਖੇ, ਅਤੇ ਸਾਨੂੰ ਹਿੰਮਤ ਦਿੱਤੀ ਰੱਖੇ ਸੁਣਾਉਣ ਦੀ। ਹਾਂਜੀ, ਅੱਗੇ ਅਸੀਂ ਇੱਕ ਵੀਡੀਓ ਲਗਾਈ ਸੀ ਜਿਹਦੇ ਉੱਤੇ ਉਹ ਮੌਜ਼ਮ ਵਾਲੀ ਵੀਡੀਓ, ਉਹਦੇ 'ਤੇ ਇੱਕ ਦੋਸਤ ਨੇ ਕਮੈਂਟ ਕੀਤਾ ਸੀ, ਉਹਨਾਂ ਨੇ ਸਾਡੇ ਕੋਲੋਂ ਪੁੱਛਿਆ ਸੀ ਵੀ ਇਹ ਤੁਸੀਂ ਗੱਲ ਵਿੱਚ ਗਲਤ ਕੀਤੀ ਹੈ, ਲੇਕਿਨ ਅਸੀਂ ਉਹਨਾਂ ਦਾ ਉਹਨੂੰ ਤਫਸੀਲੀ ਜਵਾਬ ਦਿੱਤਾ ਸੀ, ਉਹਨਾਂ ਨੇ ਹੁਣ ਸਾਨੂੰ ਰਿਪਲਾਈ ਕੀਤਾ। ਉਹ ਕਹਿੰਦੇ ਨੇ ਜੀ ਓਕੇ ਬਾਬਾ ਜੀ, ਮੈਂ ਗਲਤ ਸਮਝਾ ਥਾ, ਸੋਰੀ, ਲੇਕਿਨ ਮੈਂ ਆਪ ਕੋ ਪਸੰਦ ਕਰਤਾ ਹੂੰ।
ਸ਼ੁਕਰੀਆ ਸ਼ੁਕਰੀਆ ਬੇਟਾ ਜੀ, ਸ਼ੁਕਰੀਆ, ਅੱਲਾਹ ਤਾਲਾ ਆਪ ਖੁਸ਼ ਰੱਖੇ। ਠੀਕ ਹੈ, ਚਲੋ ਅਗਰ ਸਮਝ ਆ ਗਈ ਹੈ ਤੁਹਾਨੂੰ। ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਜਿਹੜੀ ਇਹ ਕਹਾਣੀ ਹੁੰਦੀ ਬੇਟਾ, ਇਹ ਕਹਾਣੀ ਇੱਕ ਕਹਾਣੀ ਹੁੰਦੀ ਹੈ, ਇਹ ਕੋਈ ਹਦੀਸ ਨਹੀਂ ਹੁੰਦੀ। ਇਹ ਤਾਂ ਕਹਾਣੀ ਹੁੰਦੀ, ਆਮ ਬਣਾਈ ਹੁੰਦੀ ਹੈ ਜੋੜਨ ਮਿਲਣ ਵਾਲਿਆਂ ਨੇ, ਲਿਖਣ ਵਾਲਿਆਂ ਨੇ, ਸ਼ਾਇਰਾਂ ਨੇ, ਜਾਂ ਕੁਝ ਲਿਖ ਲੈਂਦਾ। ਇਹ ਤਾਂ ਕਹਾਣੀ ਹੁੰਦੀ ਹੈ, ਇਹਦੇ ਵਿੱਚ ਗੁੱਸੇ ਦੀ ਗੱਲ ਕੋਈ ਹੁੰਦੀ। ਲਤੀਫਾ ਹੋਵੇ ਜਾਂ ਕਹਾਣੀ ਹੋਵੇ, ਇਹ ਇੱਕ ਕਹਾਣੀ ਹੁੰਦੀ ਹੈ। ਹਾਂਜੀ, ਅੱਗੇ ਸਾਡੇ ਦੋਸਤ ਨੇ ਜੀ ਇੰਡੀਆ ਤੋਂ, ਸੁਖ ਸਿੰਘ ਸਾਹਿਬ, ਉਹ ਕਹਿੰਦੇ ਨੇ ਜੀ ਰਹਿਮਾਨੀ ਸਾਹਿਬ ਬਹੁਤ ਵਧੀਆ ਕਹਾਣੀਆਂ ਹੁੰਦੀਆਂ ਨੇ, ਐਵਰੀ ਡੇ ਮੈਂ ਸੁਣਦਾ ਰਹਿੰਦਾ ਹਾਂ, USA ਮੈਂ ਪਿੱਛੇ, ਮੈਂ ਇੰਡੀਆ ਸੇ ਹੂੰ, ਅਭੀ ਮੈਂ USA ਮੈਂ ਹੂੰ। ਜੀ ਸੁਖ ਸਿੰਘ ਸਾਹਿਬ, ਅੱਲਾਹ ਤਾਲਾ ਆਪ ਕੋ ਕਾਮਯਾਬ ਰੱਖੇ। ਅਤੇ ਕਿੱਥੇ ਨੇ? ਇਹ USA 'ਚ ਹੁੰਦੇ, USA 'ਚ ਇੰਡੀਆ ਦੇ ਨੇ ਅਤੇ USA 'ਚ ਹੁੰਦੇ। ਅੱਲਾਹ ਤਾਲਾ ਆਪ ਕੋ ਕਾਮਯਾਬ ਰੱਖੇ, ਖੈਰ ਖਰੀਅਤ ਰੱਖੇ, ਸਿਹਤ ਰੱਖੇ। ਅਤੇ ਸਾਡੇ ਜਿਹੜੇ ਇਹ ਇੰਡੀਅਨ ਵੀਰ ਨੇ ਬਹੁਤ ਅੱਛੇ ਨੇ, ਸਾਨੂੰ ਇਹ ਵੀ ਸਭ ਨੂੰ ਜ਼ਿਆਦਾ ਪਿਆਰੇ ਨੇ। ਕਿਉਂ ਕਿ ਇਹ ਵੀ ਸਾਡੀ ਗੱਲਾਂ ਸੁਣ ਕੇ ਸੁਲਾਹਦੇ ਨੇ ਅਤੇ ਪਸੰਦ ਕਰਦੇ ਨੇ ਦੋਸਤੋ। ਅਤੇ ਜਦੋਂ ਕਮੈਂਟ ਕਰੋ ਉਰਦੂ ਵਿੱਚ ਜਾਂ ਪੰਜਾਬੀ 'ਚ ਕਰੋ, ਅੰਗਰੇਜ਼ੀ ਹਿੰਦੀ ਅਸੀਂ ਜਿਹੜੇ ਉਹ ਘੱਟ ਜਾਣਦੇ ਹਾਂ। ਹਾਂਜੀ, ਇਸੇ ਤਰ੍ਹਾਂ ਸਾਡੇ ਅਗਲੇ ਦੋਸਤ ਨੇ ਜਿਨ੍ਹਾਂ ਸਾਨੂੰ ਕਮੈਂਟ ਕੀਤਾ ਹੈ, ਅਮਜਦ ਸਾਹਿਬ ਨੇ ਜੀ, ਅਮਜਦ ਸਾਹਿਬ ਇਹ ਕਹਿੰਦੇ ਨੇ ਜੀ ਅਸਲਾਮ ਅਲੈਕਮ ਬਾਬਾ ਸ਼ਰਾਫਤ ਅਲੀ ਰਹਿਮਾਨੀ ਸਾਹਿਬ, ਕੀ ਹਾਲ ਹੈ ਔਰ ਆਪ ਕਹਾਂ ਸੇ ਹੈ? ਜੀ ਬੇਟਾ, ਅੱਲਾਹ ਤਾਲਾ ਆਪ ਕੋ ਖੁਸ਼ ਰੱਖੇ, ਮੈਂ ਬਿਲਕੁਲ ਠੀਕ ਹਾਂ। ਔਰ ਦੁਆ ਕਰਨਾ ਕਿ ਅੱਲਾਹ ਤਾਲਾ ਸਭ ਨੂੰ ਠੀਕ ਰੱਖੇ, ਤੁਹਾਨੂੰ ਵੀ ਠੀਕ ਰੱਖੇ, ਖੈਰ ਖਰੀਅਤ ਰੱਖੇ, ਸਿਹਤ ਰੱਖੇ, ਤੰਦਰੁਸਤ ਰੱਖੇ। ਬੇਟਾ ਅਸੀਂ ਇੱਥੇ ਪਾਕਿਸਤਾਨ 'ਚ ਹੀ ਹਾਂ, ਕੋਈ ਐਸਾ ਮਸਲਾ ਨਹੀਂ ਹੈਗਾ ਅਤੇ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ। ਅੱਲਾਹ ਤਾਲਾ ਆਪ ਕੋ ਖੁਸ਼ ਰੱਖੇ, ਬਸ ਸੁਣਦੇ ਰਹੋ ਅਤੇ ਕਮੈਂਟ ਕਰਦੇ ਰਹੋ ਅਤੇ ਅੱਲਾਹ ਤਾਲਾ ਖੈਰ ਖਰੀਅਤ ਰੱਖੇ ਸਭ 'ਤੇ। ਅੱਗੇ ਜੀ ਸਾਡੇ ਦੋਸਤ ਨੇ ਜਿੰਨਾ ਕਮੈਂਟ ਕੀਤਾ, ਤਾਜ ਮੁਹੰਮਦ ਸਾਹਿਬ ਜੀ, ਉਹ ਕਹਿੰਦੇ ਨੇ ਚਾਚੂ ਜੀ ਆਪ ਮੇਰੀ ਉਮਰ ਕੇ ਹੈ, ਲੋਕ ਆਪ ਸੇ ਪਿਆਰ ਕਰਤੇ ਹੈ, ਜੋ ਮਜ਼ਾਕ ਕਰਤੇ ਹੈ ਉਨਕੀ ਤਰਬੀਅਤ ਮੇ ਫਰਕ ਹੋਤਾ ਹੈ, ਆਪ ਉਨ ਪਰ ਤਵੱਜੋ ਨਾ ਦੇ, ਅੱਲਾ ਪਾਕ ਆਪ ਕੋ ਖੁਸ਼ ਰੱਖੇ। ਬੇਟਾ ਆਪ ਕੋ ਖੈਰ ਖਰੀਅਤ ਰਵੇ, ਸਿਹਤ ਰੱਖੇ, ਅੱਲਾ ਤਾਲਾ ਤੰਦਰੁਸਤ ਰੱਖੇ। ਜਿਹੜਾ ਕਿਸੇ ਨਾਲ ਮਜ਼ਾਕ ਕਰਨਾ ਹੁੰਦਾ ਨਾ, ਬਹੁਤ ਬੁਰੀ ਗੱਲ ਹੈ। ਜਦ ਇੱਕ ਵੱਡਾ ਬੰਦਾ ਹੈ, ਥੋੜ੍ਹੀ ਜਿਹੀ ਵਡੇਰੀ ਉਮਰ ਦਾ ਹੈ, ਉਹਦੀ ਬਜਾਏ ਇੱਜ਼ਤ ਕਰਨ ਦੀ, ਉਹਦੀ ਗੱਲ ਦਾ ਮਜ਼ਾਕ ਬਣਾਉਣਾ, ਇਹ ਬਹੁਤ ਬੁਰੀ ਗੱਲ ਹੈ, ਅੱਛੀ ਗੱਲ ਨਹੀਂ ਹੈਗੀ। ਅੱਲਾ ਤਾਲਾ ਸਭ ਨੂੰ ਸਿਹਤ ਰੱਖੇ, ਤੰਦਰੁਸਤ ਰੱਖੇ ਅਤੇ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖੇ। ਹਾਂਜੀ, ਅਗਲੇ ਸਾਡੇ ਦੋਸਤ ਜਿਨ੍ਹਾਂ ਸਾਨੂੰ ਕਮੈਂਟ ਕੀਤਾ ਹੈ ਜੀ, ਆਫਜ਼ ਅਬਦੁਲ ਵਹੀਦ ਸਾਹਿਬ ਫੈਸਲਾਬਾਦ ਤੋਂ ਨੇ, ਕਹਿੰਦੇ ਨੇ ਬਾਬਾ ਜੀ ਜਵਾਬ ਦੇਣੇ ਕਾ ਸ਼ੁਕਰੀਆ। ਅੱਲਾਹ ਤਾਲਾ ਖੁਸ਼ ਰੱਖੇ ਬੇਟਾ, ਅੱਲਾਹ ਤਾਲਾ ਖੁਸ਼ ਰੱਖੇ। ਮੈਂ ਸਭ ਦਾ ਜਵਾਬ ਦਿੰਦਾ, ਜਿਹੜਾ ਵੀ ਕੋਈ ਮੈਨੂੰ ਜਿਸ ਕਿਸਮ ਦੀ ਗੱਲ ਲਿਖਦਾ, ਮੈਂ ਉਸ ਕਿਸਮ ਦੀ ਗੱਲ ਉਹਨਾਂ ਸੁਣ ਕੇ ਅਤੇ ਮੈਂ ਉਹਨਾਂ ਨੂੰ ਜਵਾਬ ਦੇਣਾ। ਅਤੇ ਮੈਨੂੰ ਬੜੀ ਉਮੀਦ ਹੈ ਕਿ ਦੋਸਤਾਂ ਦੇ ਪਸੰਦ ਵੀ ਆਉਂਦੇ ਹਨ ਮੇਰੀਆਂ ਗੱਲਾਂ, ਜਵਾਬ ਜਿਹੜੇ ਮੈਂ ਦੇਣਾ ਪਸੰਦ ਕਰਦੇ ਨੇ। ਅਤੇ ਇਨਸ਼ਾਅੱਲਾ ਤੁਸੀਂ ਕਮੈਂਟ ਕਰੋ ਅਤੇ ਮੇਰੇ ਕੋਲੋਂ ਆਪਦੇ ਸਵਾਲਾਂ ਦਾ ਜਵਾਬ ਸੁਣਦੇ ਰਹੋ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ, ਉਹਨਾਂ ਨੇ ਸਿਰਫ ਆਪਣਾ ਨਾਂ ਹੀ ਲਿਖਿਆ ਜੀ, ਮਲਕ ਅਸ਼ਫਾਕ ਸਾਹਿਬ ਨੇ, ਗੱਲਬਾਤ ਕੋਈ ਨਹੀਂ ਲਿਖੀ ਜੀ। ਮਲਕ ਅਸ਼ਫਾਕ ਸਾਹਿਬ, ਅੱਲਾਹ ਤਾਲਾ ਸਿਹਤ ਰੱਖੇ, ਤੰਦਰੁਸਤ ਰੱਖੇ, ਖੈਰ ਖਰੀਅਤ ਰੱਖੇ। ਬਸ ਤੁਸੀਂ ਚੈਨਲ ਸੁਣਦੇ ਰਹੋ, ਕਹਾਣੀਆਂ ਸੁਣਦੇ ਰਹੋ ਅਤੇ ਖੁਸ਼ ਹੁੰਦੇ ਰਹੋ। ਅੱਲਾਹ ਤਾਲਾ ਸਿਹਤ ਰੱਖੇ ਅਤੇ ਤੰਦਰੁਸਤ ਰੱਖੇ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ, ਉਹਨਾਂ ਨੇ ਕਮੈਂਟ ਕੀਤਾ ਗੁਲਫਾਮ ਸਾਹਿਬ ਨੇ, ਗੁਲਫਾਮ ਗੁਰਾਇਆ ਸਾਹਿਬ, ਉਹ ਕਹਿੰਦੇ ਨੇ ਲੋਗੋਂ ਕੇ ਇਤਰਾਜ਼ ਖਤਮ ਨਹੀਂ ਹੋ ਸਕਤੇ, ਲੋਗੋਂ ਕੇ ਇਤਰਾਜ਼ ਖਤਮ ਨਹੀਂ ਹੋ ਸਕਤੇ, ਆਪ ਟੈਨਸ਼ਨ ਨਾ ਲਿਆ ਕਰੇਂ, ਫਜ਼ੂਲ ਲੋਗੋਂ ਕੀ, ਆਪ ਬਸ ਆਪਣੇ ਕੰਮ ਪਰ ਤਵੱਜੋ ਦੇ, ਫੋਕਸ ਰੱਖੇ। ਬੇਟਾ ਗੱਲ ਇਹ ਚੀਜ਼ ਦੀ ਪਰੇਸ਼ਾਨੀ ਹੋਣ ਦੀ ਕਿਹੜੀ ਗੱਲ ਹੈ?
ਸਿਰਫ ਜਿਸ ਕਿਸਮ ਦੀ ਕੋਈ ਗੱਲ ਕਰਦਾ ਤਾਂ ਉਹਨੂੰ ਫਿਰ ਥੋੜ੍ਹਾ ਜਿਹਾ ਸਮਝਾਉਣਾ ਤਾਂ ਪੈਂਦਾ, ਇਹਨੂੰ ਵੀ ਪਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ। ਅਤੇ ਪਹਿਲੇ ਤਾਂ ਸੋਚਣਾ ਸਮਝਣਾ ਚਾਹੀਦਾ ਵੀ ਜਿਹੜੀ ਅਸੀਂ ਗੱਲ ਕਰਦੇ ਪਏ ਹਾਂ ਇਹ ਕਿਸ ਤਰ੍ਹਾਂ ਦੀ ਹੈ, ਇਹਨੂੰ ਵੀ ਪਰੇਸ਼ਾਨੀ ਹੋਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈਗੀ। ਠੀਕ ਹੈ, ਸਾਡੇ ਸਾਰੇ ਦੋਸਤ ਨੇ, ਸਾਰੇ ਸਾਡੇ ਭੈਣਾਂ ਭਰਾ ਨੇ ਜਿਹੜੇ ਸਾਨੂੰ ਲਿਖਦੇ ਨੇ, ਔਰ ਅਸੀਂ ਉਹਨਾਂ ਨੂੰ ਇਹ ਆਉਣੇ ਹਾਂ ਕਿ ਤੁਸੀਂ ਲਿਖਣ ਲੱਗਿਆ ਕੁਛ ਗੱਲ ਉਹ ਲਿਖਿਆ ਕਰੋ ਜਿਹੜੀ ਸਾਰਿਆਂ ਨੂੰ ਅੱਛੀ ਲੱਗੇ ਅਤੇ ਪਸੰਦ ਆਵੇ ਅਤੇ ਅੱਛੀ ਹੋਵੇ, ਜਿਹੜੀ ਉਹਦੀ ਗੱਲ ਹੈ ਨਾ ਤਰਾਦ ਵਾਲੀ ਉਹ ਕਰਨੀ ਨਹੀਂ ਚਾਹੀਦੀ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ ਕਾਸਮ ਆਬਦ ਪੂਰੇਵਾਲਾ ਤੋਂ, ਇਹ ਕਹਿੰਦੇ ਨੇ ਜੀ ਇਤਨੀ ਲੰਬੀ ਕਹਾਣੀ ਠੀਕ ਨਹੀਂ, 30 ਮਿੰਟ ਸੇ ਜ਼ਿਆਦਾ ਕੀ ਨਹੀਂ ਹੋਣੀ ਚਾਹੀਏ। ਬੇਟਾ ਬਿਲਕੁਲ ਠੀਕ ਹੈ, ਇਹ ਤੁਹਾਡੀ ਜਿਹੜੀ ਗੱਲ ਤੁਸੀਂ ਕੀਤੀ ਹੈ ਬਿਲਕੁਲ ਠੀਕ ਕੀਤੀ ਹੈ, ਸਹੀ ਹੈ। ਕਹਾਣੀ ਇੱਕ ਉਹ ਹੁੰਦੀ ਹੈ ਜਿਹੜੀ 5-10 ਮਿੰਟਾਂ 'ਚ ਵੀ ਖਤਮ ਹੋ ਜਾਂਦੀ ਹੈ, ਇੱਕ ਕਹਾਣੀ ਉਹ ਹੁੰਦੀ ਹੈ ਜਿਹੜੀ ਅੱਧੇ ਘੰਟੇ ਤੋਂ ਟੱਪ ਜਾਂਦੀ ਹੈ, ਕਈ ਕਹਾਣੀਆਂ ਐਸੀਆਂ ਨੇ ਜਿਹੜੀਆਂ 2-2 ਘੰਟੇ ਤੱਕ ਵੀ ਜਾਂਦੀਆਂ ਨੇ। ਗੱਲ ਕਰਨ ਦਾ ਮਕਸਦ ਇਹ ਹੁੰਦਾ ਹੈ ਵੀ ਸ਼ੁਰੂ ਤੋਂ ਲੈ ਕੇ ਆਖਰ ਤੱਕ ਗੱਲ ਮੁਕੰਮਲ ਤਾਂ ਹੋਵੇ, ਤਾਂ ਕਿ ਪਤਾ ਤਾਂ ਚੱਲੇ ਵੀ ਇਹ ਗੱਲ ਦਾ ਐਂਡ ਕਿੱਥੇ ਜਾਂਦਾ, ਕੋਈ ਰਿਜ਼ਲਟ ਤਾਂ ਨਿਕਲੇ ਉਸ ਗੱਲ ਦਾ। ਇਸ ਵਾਸਤੇ ਜਿਹੜੀ ਗੱਲ ਥੋੜ੍ਹੀ ਜਿਹੀ ਲੰਮੀ ਹੋਵੇ ਮੁੜ ਕਰਨੀ ਪੈ ਜਾਂਦੀ ਤਾਂ ਕਿ ਗੱਲ ਮੁਕੰਮਲ ਹੋ ਜਾਵੇ। ਬਹਰਹਾਲ ਅਸੀਂ ਕੋਸ਼ਿਸ਼ ਕਰਾਂਗੇ ਅਤੇ ਵੀ ਜਿਹੜੀ ਕਹਾਣੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਅੱਧੇ ਘੰਟੇ ਜਾਂ 35 ਮਿੰਟਾਂ ਦੀ ਹੋਵੇ, ਇਸ ਤੋਂ ਅੱਗੇ ਨਾ ਜਾਏ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ ਖੋਖਰ ਸਾਹਿਬ, ਇਹ ਕਮੈਂਟ ਕਰਦੇ ਨੇ ਜੀ ਰਹਿਮਾਨੀ ਸਾਹਿਬ ਤੁਹਾਡੀਆਂ ਕਹਾਣੀਆਂ ਸੀਰੀਅਸ ਹੁੰਦੀਆਂ ਨੇ, ਹੋ ਸਕੇ ਤਾਂ ਸਬਕ ਮੋਜ਼ ਔਰ ਮਜ਼ਾਹੀਆ ਹੋਣੀਆਂ ਚਾਹੀਦੀਆਂ ਨੇ, ਅਗਰ ਤੁਸੀਂ ਲਤੀਫਿਆਂ ਦਾ ਇੱਕ ਦਿਨ ਮੁਕਰਰ ਕਰ ਦਿਓ ਤਾਂ ਵੀਡੀਓ ਦੇ ਵਿੱਚ 4 ਚੰਨ ਲੱਗ ਜਾਣਗੇ। ਬੇਟਾ ਬਿਲਕੁਲ ਠੀਕ ਹੈ, ਲਤਲ ਆਪ ਖੁਸ਼ ਰੱਖੇ। ਕੋਈ ਕਹਾਣੀ ਐਸੀ ਨਹੀਂ ਕਿ ਜਿਹਦੇ ਵਿੱਚ ਸਬਕ ਨਾ ਹੋਵੇ, ਕੋਈ ਕਹਾਣੀ ਐਸੀ ਨਹੀਂ ਕਿ ਜਿਹਦੇ ਵਿੱਚ ਸਬਕ ਨਾ ਹੋਵੇ। ਉਹ ਸੈਯਦ ਵਾਰਿਸ ਸ਼ਾਹ ਲਿਖਦਾ, ਵਾਰਿਸ ਸ਼ਾਹ ਦਾ ਬੋਲਣਾ ਪੇਤ ਅੰਦਰ, ਦਾਨਸ਼ਵੰਦ ਨੂੰ ਗੌਰ ਜ਼ਰੂਰ ਯਾਰੋ। ਅਗਰ ਜੇ ਕੋਈ ਸਮਝਣ ਵਾਲਾ ਬੰਦਾ ਹੋਵੇ, ਗੱਲ ਨੂੰ ਗੌਰ ਨਾਲ ਸਮਝੇ, ਤਾਂ ਕੋਈ ਐਸੀ ਗੱਲ ਨਹੀਂ ਕਿ ਜਿਹਦੇ ਵਿੱਚ ਕੋਈ ਸਬਕ ਨਾ ਹੋਵੇ, ਹਰ ਗੱਲ ਸਬਕ ਹੁੰਦਾ ਹੈ। ਅਤੇ ਬਹਰਹਾਲ ਕੋਸ਼ਿਸ਼ ਅਸੀਂ ਪੂਰੀ ਕਰਾਂਗੇ ਕਿ ਜਿਹੜੀ ਵੀ ਗੱਲ ਕੀਤੀ ਜਾਵੇ ਉਹਦੇ ਵਿੱਚ ਕੋਈ ਨਾ ਕੋਈ ਸਬਕ ਹੋਵੇ, ਅਤੇ ਲਤੀਫੇ ਜਿਹੜੇ ਨੇ ਸੱਜਣਾਂ ਨੂੰ ਉਹ ਵੀ ਅਸੀਂ ਸੁਣਾਉਂਦੇ ਰਹਿੰਦੇ ਹਾਂ, ਅਤੇ ਤੁਹਾਡੀ ਇਸ ਤਜਵੀਜ਼ 'ਤੇ ਅਸੀਂ ਕੋਸ਼ਿਸ਼ ਕਰਨੇ ਹਾਂ ਅਮਲ ਕਰਨ ਦੀ, ਇੱਕ ਦਿਨ ਲਤੀਫਾ ਦਾ ਮੁਕਰਰ ਕਰਨਾ ਆ। ਹਾਂਜੀ, ਅਗਲੇ ਸਾਡੇ ਦੋਸਤ ਨੇ 8-10 ਦੋਸਤ ਐਸੇ ਨੇ ਜਿਨ੍ਹਾਂ ਨੇ ਸਾਨੂੰ ਸਿਰਫ ਦਿਲ ਬਣਾ ਕੇ ਭੇਜੇ ਨੇ, ਤਸੀਰ ਸਲਮਾਨ ਸਾਹਿਬ, ਇਸੇ ਤਰ੍ਹਾਂ ਹੋਰ ਸਾਡੇ ਦੋਸਤ ਨੇ 5-7, ਉਹ ਸਿਰਫ ਸਾਨੂੰ ਦਿਲ ਬਣਾ ਕੇ ਜਾਂ ਹੱਸਣ ਵਾਲੇ ਕਾਰਡ ਨੂੰ ਬਣਾ ਕੇ ਉਹਨਾਂ ਨੇ ਭੇਜੇ ਨੇ। ਅਸੀਂ ਉਹਨਾਂ ਦਾ ਵੀ ਬਿਲਕੁਲ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿਹੜੇ ਦੋਸਤ ਸਾਨੂੰ ਫੁੱਲ ਬਣਾ ਕੇ ਜਾਂ ਦਿਲ ਬਣਾ ਕੇ ਜਾਂ ਕੁਝ ਬਣਾ ਸਾਨੂੰ ਯਾਦ ਤਾਂ ਕਰਦੇ ਨੇ ਨਾ। ਅੱਲਾਹ ਤਾਲਾ ਉਹਨਾਂ ਨੂੰ ਸਿਹਤ ਰੱਖੇ, ਤੰਦਰੁਸਤ ਰੱਖੇ, ਬਿਲਕੁਲ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਦਿਲ ਬਣਾ ਕੇ ਭੇਜੋ ਚਾਹੇ ਫੁੱਲ ਬਣਾ ਕੇ ਭੇਜੋ, ਸ਼ਾਮਲ ਦੇ ਵਿੱਚ ਪ੍ਰੋਗਰਾਮ ਦੇ ਹੋ ਹੀ ਜਾਂਦੇ ਨੇ ਨਾ, ਅਤੇ ਹੁੰਦੇ ਰਹਿਣ। ਹਾਂਜੀ, ਅਗਲੇ ਸਾਡੇ ਦੋਸਤ ਜਿਹਨਾਂ ਕਮੈਂਟ ਕੀਤਾ ਇਹਨਾਂ ਦਾ ਨਾਂ ਨਹੀਂ ਲਿਖਿਆ, ਕਹਿੰਦੇ ਨੇ ਜੀ ਘੁਮਿਆਰਾਂ ਦਾ ਡੇਰਾ ਰਹਿਮਾਨੀ ਸਾਹਿਬ ਵਸਦੇ ਰਹੋ। ਬੇਟਾ ਕੋਈ ਐਸੀ ਬਾਤ ਨਹੀਂ, ਮੈਂ ਬਿਲਕੁਲ ਘੁਮਿਆਰ ਹਾਂ, ਰਹਿਮਾਨੀ ਆ ਰਹਿਮਾਨੀ ਘੁਮਿਆਰ ਨੂੰ ਆਖਿਆ ਜਾਂਦਾ, ਰਹਿਮਾਨੀ ਨੂੰ ਘੁਮਿਆਰ ਆਖਿਆ ਜਾਂਦਾ ਅਤੇ ਘੁਮਿਆਰ ਨੂੰ ਰਹਿਮਾਨੀ ਆਖਿਆ ਜਾਂਦਾ, ਇਹਦੀ ਕੋਈ ਐਸੀ ਗੱਲ ਨਹੀਂ। ਡੇਰਾ ਸਮਝ ਲਓ ਅਤੇ ਭਾਵੇਂ ਬੈਠਕ ਸਮਝ ਲਓ, ਅਤੇ ਵੈਸੇ ਮੇਰੇ ਇਸ ਚੈਨਲ ਦਾ ਨਾਂ ਹੈ ਫਰਿਆਦ ਮਹਿਮੂਦ, ਅਤੇ ਮੈਂ ਸੱਜਣੋ ਤੁਹਾਨੂੰ ਨਵੀਆਂ ਤੋਂ ਨਵੀਆਂ ਅਤੇ ਚੰਗੀਆਂ ਤੋਂ ਚੰਗੀਆਂ ਕਹਾਣੀਆਂ ਅਤੇ ਗੱਲਾਂ ਜਿਹੜੀਆਂ ਨੂੰ ਸੁਣਾਉਂਦਾ ਰਹਿੰਦਾ, ਅਤੇ ਗੱਲਾਂ ਕਰਨੀਆਂ ਹੁੰਦੀਆਂ ਨੇ ਇਸ ਵਾਸਤੇ ਸੁਣਨ ਵਾਸਤੇ, ਅਤੇ ਮੇਰਾ ਕੰਮ ਹੈ ਤੁਹਾਨੂੰ ਸੁਣਾਉਂਦਾ ਰਹਿਣਾ, ਤੁਹਾਡਾ ਕੰਮ ਸੁਣਦੇ ਰਹਿਣਾ, ਅਤੇ ਅੱਲਾਹ ਤਾਲਾ ਆਪ ਤੁਹਾਨੂੰ ਖੁਸ਼ ਰੱਖੇ ਅਤੇ ਖੈਰ ਕਈ ਰੱਖੇ ਅਤੇ ਸਿਹਤ ਰੱਖੇ। ਹਾਂਜੀ, ਅੱਗੇ ਸਾਡੇ ਦੋਸਤ ਨੇ ਜੀ ਉਹ ਕਹਿੰਦੇ ਨੇ ਜੀ ਰਹਿਮਾਨੀ ਸਾਹਿਬ ਦੀ ਉਮਰ ਕਿੰਨੀ ਹੈ? ਮੇਰੀ ਬੇਟਾ ਉਮਰ ਇਸ ਹੈਗੀ ਹੈ ਤਕਰੀਬਨ ਇਸ ਟਾਈਮ
54 ਸਾਲ, ਕਿਉਂਕਿ ਮੇਰੀ ਪੈਦਾਇਸ਼ ਜਿਹੜੀ ਉਹ ਸੰਨ 71 ਦੀ ਏ, ਅਤੇ ਅੱਗੇ ਨਾਲੋਂ ਤੁਸੀਂ 53-54 ਸਾਲ ਜਿਹੜੀ ਨਾ ਇੰਨੀ ਕੁ ਬਣਦੀ ਹੈ। ਅਤੇ ਕਿਉਂਕਿ ਮੈਰਿਜ ਦਾ ਮਤਲਬ ਹੈ ਕਿ 30-31 ਸਾਲ ਦੀ ਉਮਰ ਸੀ ਜਦੋਂ ਮੇਰੀ ਨਜ਼ਰ ਜਿਹੜੀ ਉਹ ਚਲੀ ਗਈ ਸੀ, ਅਤੇ ਹੁਣ ਮੇਰੀ ਨਜ਼ਰ ਜਿਹੜੀ ਗਈ ਨੂੰ ਕੋ ਹੋ ਗਿਆ 22-23 ਸਾਲ। ਹਾਂਜੀ, ਅਗਲੇ ਸਾਡੇ ਦੋਸਤ ਨੇ ਜਿਹਨਾਂ ਕਮੈਂਟ ਕੀਤਾ ਹੈ ਜੀ, ਇਹਨਾਂ ਦਾ ਨਾਂ ਤਾਹਰ ਅਲੀ ਸਾਹਿਬ, ਇਹ ਕਹਿੰਦੇ ਨੇ ਅਸਲਾਮੁਅਲੈਕਮ ਚਾਚਾ ਜੀ, ਆਪਕੀ ਵੀਡੀਓ ਬਹੁਤ ਅੱਛੀ ਹੁੰਦੀ ਹੈ। ਬਿਲਕੁਲ ਤਾਹਰ ਸਾਹਿਬ, ਅੱਲਾਹ ਤਾਲਾ ਆਪਕੋ ਖੁਸ਼ ਰੱਖੇ, ਖੈਰ ਖਰੀਅਤ ਰੱਖੇ। ਸਾਡੀ ਕੋਸ਼ਿਸ਼ ਇਹੋ ਹੀ ਹੁੰਦੀ ਹੈ, ਗੱਲ ਕੋਣਾ ਕੋ ਐਸੀ ਕੀਤੀ ਜਾਵੇ ਵੀ ਜਿਹੜੀ ਦੋਸਤਾਂ 'ਤੇ ਪਸੰਦ ਆਵੇ, ਅਤੇ ਦੋਸਤ ਜਿਹੜੇ ਨੇ ਪਸੰਦ ਵੀ ਮਾਸ਼ਾ ਅੱਲਾ ਕਰਦੇ ਨੇ। ਇਸ ਤਰ੍ਹਾਂ ਪਸੰਦ ਕਰਦੇ ਰਹੋ, ਸੁਣਦੇ ਰਹੋ ਅਤੇ ਖੁਸ਼ ਰਹੋ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ, ਇਹਨਾਂ ਦਾ ਨਾਂ ਅਜ਼ੀਮ ਗੁੱਜਰ ਸਾਹਿਬ ਹੈ, ਇਹ ਕਹਿੰਦੇ ਨੇ ਜੀ ਬਹੁਤ ਅੱਛੀ ਕਹਾਣੀ ਹੈ, ਮੈਂ ਨਾਰੋਵਾਲ ਸੇ ਆਪਕੀ ਕਹਾਣੀ ਦੇਖਤਾ ਹੂੰ। ਬਸ ਗੁੱਜਰ ਸਾਹਿਬ, ਅੱਲਾਹ ਤਾਲਾ ਆਪਕੋ ਖੁਸ਼ ਰੱਖੇ, ਖੈਰ ਖਰੀਅਤ ਰੱਖੇ, ਸਿਹਤ ਰੱਖੇ। ਇਸ ਤਰ੍ਹਾਂ ਸੁਣਦੇ ਰਹੋ ਅਤੇ ਪਸੰਦ ਕਰਦੇ ਰਹੋ, ਅੱਲਾਹ ਤਾਲਾ ਤੁਹਾਨੂੰ ਸਿਹਤ ਔਰ ਸਲਾਮਤੀ ਵਾਲੀ ਲੰਬੀ ਜ਼ਿੰਦਗੀ ਅਤਾ ਫਰਮਾਏ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ, ਇਹਨਾਂ ਦਾ ਨਾਂ ਅਫਜ਼ਾਲ ਅਕਬਰ ਸਾਹਿਬ, ਇਹ ਕਹਿੰਦੇ ਨੇ ਜੀ ਅਸਲਾਮੁਅਲੈਕਮ ਚਾਚੂ, ਅੱਲਾਹ ਆਪਕੋ ਸਿਹਤ ਵਾਲੀ ਜ਼ਿੰਦਗੀ ਦੇ, ਆਪਕੀ ਗੁਫ਼ਤਗੂ ਬਹੁਤ ਅੱਛੀ ਹੁੰਦੀ ਹੈ। ਬੇਟਾ ਆਪਕੋ ਵੀ ਅੱਲਾਹ ਤਾਲਾ ਸਿਹਤ ਔਰ ਸਲਾਮਤੀ ਵਾਲੀ ਲੰਬੀ ਜ਼ਿੰਦਗੀ ਦੇਵੇ, ਖੈਰ ਖਰੀਅਤ ਰੱਖੇ, ਸਿਹਤ ਰੱਖੇ, ਤੰਦਰੁਸਤ ਰੱਖੇ। ਇਸ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਅਤੇ ਸਾਡੀਆਂ ਗੱਲਾਂ ਸੁਣਦੇ ਰਹੋ ਅਤੇ ਪਸੰਦ ਕਰਦੇ ਰਹੋ, ਅਤੇ ਅੱਲਾਹ ਤਾਲਾ ਤੁਹਾਨੂੰ ਸਭ ਨੂੰ ਆਪਣੀ ਹਿਫਜ਼ੋ ਇਮਾਨ 'ਚ ਰੱਖੇ, ਅਤੇ ਖੈਰ ਖਰੀਅਤ ਰੱਖੇ, ਸਿਹਤ ਰੱਖੇ ਅਤੇ ਤੰਦਰੁਸਤ ਰੱਖੇ। ਹਾਂਜੀ, ਅਗਲੇ ਸਾਡੇ ਦੋਸਤ ਜਿੰਨਾ ਕਮੈਂਟ ਕੀਤਾ ਹੈ, ਉਹ ਕਹਿੰਦੇ ਨੇ ਜੀ ਬਾਬਾ ਜੀ ਮੇਰਾ ਨਾਮ ਸ਼ੌਕਤ ਅਲੀ ਹੈ, ਬਸ ਇੰਨਾ ਕੁਝ ਲਿਖਿਆ ਜੀ। ਸ਼ੌਕਤ ਅਲੀ ਸਾਹਿਬ, ਗੱਲ ਇਹ ਚੀਜ਼ ਦੀ ਹੈ, ਤੁਸੀਂ ਖਾਲੀ ਨਾਮ ਲਿਖਿਆ ਹੈ, ਚਲੋ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਵੀ ਸ਼ਾਮਿਲ ਕਰਨੇ ਹਾਂ ਬਈ, ਤੁਸੀਂ ਸਾਡੇ ਭਾਈ ਹੋ, ਸਾਡੇ ਦੋਸਤ ਤੋਂ ਵਿਹਲੀ ਹੋ, ਅਤੇ ਕੋਈ ਐਸੀ ਗੱਲ ਨਹੀਂ। ਅਤੇ ਕੋਈ ਜਿਹੜਾ ਤੁਸੀਂ ਸਾਨੂੰ ਕੋਈ ਮਸ਼ਵਰਾ ਦੇਣਾ ਚਾਹੇ ਜਾਂ ਕੋਈ ਤਜਵੀਜ਼ ਦੇਣਾ ਚਾਹੇ ਪ੍ਰੋਗਰਾਮ ਦੇ ਬਾਰੇ, ਕਿਸੇ ਕਹਾਣੀ ਦੇ ਬਾਰੇ, ਕਿਸੇ ਲਤੀਫੇ ਦੇ ਬਾਰੇ, ਅਤੇ ਉਹ ਦੇ ਸਕਦਾ ਹੈ, ਅਸੀਂ ਇਨਸ਼ਾਅੱਲਾ ਸੁਣ ਕੇ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ, ਅਤੇ ਔਰ ਉਹਨਾਂ 'ਤੇ ਅਮਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ, ਉਹ ਲਿਖਦੇ ਨੇ ਮਾਸ਼ਾਅੱਲਾ ਤੁਹਾਡੀਆਂ ਕਹਾਣੀਆਂ ਬਹੁਤ ਅੱਛੀਆਂ ਨੇ। ਬਸ ਠੀਕ ਹੈ ਭਾਈ ਸਾਹਿਬ, ਅੱਲਾਹ ਤਾਲਾ ਆਪਕੋ ਖੁਸ਼ ਰੱਖੇ, ਖੈਰ ਖਰੀਅਤ ਰੱਖੇ। ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਹੈ ਵੀ ਗੱਲ ਕੋਈ ਅੱਛੀ ਤੋਂ ਅੱਛੀ ਕੀਤੀ ਜਾਂ ਜਿਹਦੇ ਵਿੱਚ ਕੋਈ ਸਬਕ ਹੋਵੇ ਜਿਹੜੀ ਕੋਈ ਸਮਝਣ ਵਾਲੀ ਹੋਵੇ, ਕਿਉਂ ਕੋਈ ਐਸੀ ਗੱਲ ਹੁੰਦੀ ਹੈ ਉਹਦੇ ਵਿੱਚ ਕੋਈ ਐਸੀ ਗੱਲ ਸਮਝਣ ਵਾਲੀ ਹੁੰਦੀ, ਕੋਈ ਯਾਦ ਰੱਖਣੀ ਚਾਹੀਦੀ ਬੰਦੇ 'ਤੇ, ਕੰਮ ਆਉਂਦੀ ਕਿਸੇ ਵਕਤ 'ਤੇ। ਇਸ ਵਾਸਤੇ ਕਹਾਣੀ ਜਿਹੜੀ ਨਾ ਇਹ ਸੁਣਾਈ ਜਾ ਸਕਦੀ ਹੈ, ਅਤੇ ਅੱਲਾਹ ਤਾਲਾ ਸਭ ਨੂੰ ਖੈਰ ਖਰੀਅਤ ਰੱਖੇ ਅਤੇ ਸੁਣਨ ਦੀ ਤੌਫੀਕ ਦੇਵੇ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ ਅਜ਼ੀਜ਼ੋ ਰਹਿਮਾਨ ਅਵਾਨ ਫਤਿਹਪੁਰ ਤੋਂ, ਉਹ ਕਹਿੰਦੇ ਨੇ ਜੀ ਬਹੁਤ ਅੱਛੀ ਕਹਾਣੀ ਹੈ, ਅੱਲਾਹ ਪਾਕ ਆਪਕੋ ਖੁਸ਼ ਰੱਖੇ। ਅੱਲਾਹ ਤਾਲਾ ਆਪਕੋ ਵੀ ਅਜ਼ੀਜ਼ ਸਭ ਖੁਸ਼ ਰੱਖੇ, ਆਪ ਨੂੰ ਵੀ ਅੱਲਾਹ ਤਾਲਾ ਖੈਰ ਖਰੀਅਤ ਰੱਖੇ, ਸਿਹਤ ਰੱਖੇ ਅਤੇ ਤੰਦਰੁਸਤ ਰੱਖੇ। ਬਸ ਇਸ ਤਰ੍ਹਾਂ ਸੁਣਦੇ ਰਹੋ ਅਤੇ ਖੁਸ਼ ਰਹੋ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ, ਉਹ ਕਹਿੰਦੇ ਨੇ ਅਸਲਾਮੁਅਲੈਕਮ ਰਹਿਮਤੁੱਲਾ, ਬਾਬਾ ਜੀ ਅਸੀਂ ਤੁਹਾਡੀਆਂ ਕਹਾਣੀਆਂ ਸਾਰੀਆਂ ਦੇਖਦੇ ਹਾਂ, ਬਹੁਤ ਅੱਛੀਆਂ ਨੇ। ਵਾਲੈਕੁਮ ਸਲਾਮ ਬੇਟਾ, ਅੱਲਾਹ ਤਾਲਾ ਆਪਕੋ ਵੀ ਸਲਾਮਤ ਰੱਖੇ, ਖੈਰ ਖਰੀਅਤ ਰੱਖੇ, ਸਿਹਤ ਰੱਖੇ ਅਤੇ ਤੰਦਰੁਸਤ ਰੱਖੇ, ਅਤੇ ਖੈਰ ਖਰੀਅਤ ਨਾ ਰਵੋ। ਹਾਂਜੀ, ਇਸੇ ਤਰ੍ਹਾਂ ਅਗਲੇ ਸਾਡੇ ਦੋਸਤ ਨੇ ਜਿੰਨਾ ਕਮੈਂਟ ਕੀਤਾ ਹੈ, ਉਹ ਕਹਿੰਦੇ ਨੇ ਜੀ ਮੈਂ ਸ਼ਰਕਪੁਰ ਸ਼ਰੀਫ ਸੇ ਕਮੈਂਟ ਕਰ ਰਿਹਾ ਹਾਂ, ਸਿਰਫ ਇੰਨਾ ਹੀ ਇਹਨਾਂ ਨੇ ਲਿਖਿਆ। ਠੀਕ ਹੈ ਭਾਈ ਸਾਹਿਬ, ਤੁਸੀਂ ਸ਼ਰਕਪੁਰ ਸ਼ਰੀਫ ਤੋਂ ਕਮੈਂਟ ਕਰ ਰਹੇ ਹੋ, ਚਲੋ ਠੀਕ ਹੈ, ਨਾ ਤੁਸੀਂ ਆਪਣਾ ਨਹੀਂ ਲਿਖਿਆ, ਅਤੇ ਅਸੀਂ ਤੁਹਾਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ, ਅੱਲਾਹ ਤਾਲਾ ਤੁਹਾਨੂੰ ਵੀ ਖੁਸ਼ ਰੱਖੇ ਅਤੇ ਖੈਰ ਖਰੀਅਤ ਰੱਖੇ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ, ਉਹ ਕਹਿੰਦੇ ਨੇ ਅਸਲਾਮੁਅਲੈਕਮ, ਇਹਨਾਂ ਦਾ ਨਾਂ ਜੀ ਤਾਹਰ ਅਲੀ ਸਾਹਿਬ, ਇਹ ਕਹਿੰਦੇ ਨੇ ਜੀ ਅਸਲਾਮੁਅਲੈਕਮ ਰਹਿਮਤੁੱਲਾ, ਬਾਬਾ ਜੀ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ, ਬਹੁਤ ਅੱਛੀ ਹੈ, ਅੱਲਾਹ ਪਾਕ ਆਪਕੋ ਜ਼ਿੰਦਗੀ ਦੇ ਅਤੇ
ਤੁਸੀਂ ਕਹਾਣੀਆਂ ਸੁਣਾਉਂਦੇ ਰਹੋ। ਤਾਹਰ ਸਾਹਿਬ ਅੱਲਾਹ ਤਾਲਾ ਆਪ ਨੂੰ ਖੁਸ਼ ਰੱਖੇ, ਖੈਰ ਖਰੀਅਤ ਰੱਖੇ ਅਤੇ ਆਪ ਨੂੰ ਅੱਲਾਹ ਤਾਲਾ ਸਲਾਮਤ ਰੱਖੇ ਅਤੇ ਇਸ ਤਰ੍ਹਾਂ ਸੁਣਦੇ ਰਹੋ ਅਤੇ ਅਸੀਂ ਸੁਣਾਉਂਦੇ ਰਹੀਏ। ਅੱਲਾਹ ਤਾਲਾ ਸਭ 'ਤੇ ਖੈਰ ਕਰੇ, ਸਿਹਤ ਰੱਖੇ ਅਤੇ ਤੰਦਰੁਸਤ ਰੱਖੇ। ਹਾਂਜੀ, ਅਗਲੇ ਸਾਡੇ ਦੋਸਤ ਨੇ ਜੀ, ਉਹ ਕਹਿੰਦੇ ਨੇ ਅਫਜ਼ਾਲ ਅਕਬਰ ਸਾਹਿਬ, ਅਸਲਾਮ ਅਲੈਕਮ ਚਾਚੂ ਜੀ, ਕਿਆ ਹਾਲ ਹੈ, ਅਸੀਂ ਤੁਹਾਡੀਆਂ ਕਹਾਣੀਆਂ ਸੁਣਨੇ ਆ, ਅੱਛੀ ਹੈ, ਆਪਕਾ ਜ਼ਬਰਦਸਤ ਪ੍ਰੋਗਰਾਮ ਜਾ ਰਿਹਾ ਹੈ ਜੀ। ਬੇਟਾ ਵਾਲੇਕੁਮ ਸਲਾਮ, ਅੱਲਾਹ ਤਾਲਾ ਆਪਕੋ ਵੀ ਸਲਾਮਤ ਰੱਖੇ, ਖੈਰ ਖਰੀਅਤ ਰੱਖੇ, ਸਿਹਤ ਰੱਖੇ ਅਤੇ ਬਸ ਇਸ ਤਰ੍ਹਾਂ ਸੁਣਦੇ ਰਹੋ ਅਤੇ ਅੱਗੇ ਦੋਸਤਾਂ ਬੇਲੀਆਂ ਅੱਗੇ ਵੀ ਸ਼ੇਅਰ ਕੀਤਾ ਕਰੋ ਅਤੇ ਪਸੰਦ ਕਰਦੇ ਆ ਕਰੋ ਅਤੇ ਲਾਈਕ ਅਤੇ ਕਮੈਂਟ ਜ਼ਰੂਰ ਕੀਤਾ ਕਰੋ ਅਤੇ ਜਿਹੜੇ ਮੇਰਾ ਦੋਸਤਾਂ ਨੇ ਅਜੇ ਤੱਕ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਕੇ ਅਤੇ ਘੰਟੀ ਔਨ ਕਰੋ ਤਾਂ ਕਿ ਮੇਰੀ ਰੋਜ਼ਾਨਾ ਵੀਡੀਓ ਤਾਜ਼ੀ ਸਜਣਾ ਦੇ ਕੋਲ ਬਆਸਾਨੀ ਪਹੁੰਚਦੀ ਰਹੇ। ਹਾਂਜੀ, ਅਗਲੇ ਸਾਡੇ ਆਖਰੀ ਦੋਸਤ ਨੇ ਜਿਹਨਾਂ ਸਾਨੂੰ ਕਮੈਂਟ ਕੀਤਾ, ਉਹਨਾਂ ਨੇ ਆਪਣਾ ਨਾਮ ਨਹੀਂ ਲਿਖਿਆ ਜੀ, ਉਹ ਕਹਿੰਦੇ ਨੇ ਜ਼ਬਰਦਸਤ, ਬਹੁਤ ਅੱਛਾ। ਅੱਲਾਹ ਤਾਲਾ ਖੁਸ਼ ਰੱਖੇ, ਖੈਰ ਖਰੀਅਤ ਰੱਖੇ, ਸਿਹਤ ਰੱਖੇ। ਜਿਹੜੇ ਨਾਂ ਨਹੀਂ ਲਿਖਦੇ ਉਹ ਵੀ ਸਾਡੇ ਦੋਸਤ ਨੇ, ਸਾਡੇ ਭਾਈ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਅਤੇ ਅੱਲਾਹ ਤਾਲਾ ਸਭ ਨੂੰ ਖੈਰ ਖਰੀਅਤ ਰੱਖੇ, ਆਪਦੀ ਹਫਾਤੇ ਰੱਖੇ। ਦੋਸਤੋ ਗੱਲ ਇਹ ਸਜਣਾ ਦੇ ਕਮੈਂਟ ਜਿਹੜੇ ਸਨ ਇਹ ਪੇਸ਼ ਕੀਤੇ ਗਏ ਨੇ ਅਤੇ ਇਨਸ਼ਾ ਅੱਲਾ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਦੋਸਤ ਸਾਡੇ ਨਾਲ ਸ਼ਾਮਿਲ ਹੋਣ, ਸਾਡੇ ਨਾਲ ਜੁੜਨ, ਅਸੀਂ ਉਹਨਾਂ ਨੂੰ ਨਾਲ ਆਪਦੇ ਸ਼ਾਮਿਲ ਕਰੀਏ। ਅਤੇ ਸੱਜਣੋ ਤੁਸੀਂ ਸਾਨੂੰ ਕਮੈਂਟ ਕੀਤਾ ਕਰੋ ਅਤੇ ਲਾਈਕ ਵੀ ਕੀਤਾ ਕਰੋ ਅਤੇ ਸਾਡੇ ਨਾਲ ਸ਼ਾਮਿਲ ਹੋਇਆ ਕਰੋ। ਇੱਕ ਦਿਨ ਜਿਹੜਾ ਮੁਕਰਰ ਹੈ ਨਾ ਉਹ ਅਸੀਂ ਕੀਤਾ ਐਤਵਾਰ ਵਾਲਾ ਦਿਨ, ਐਤਵਾਰ ਵਾਲੇ ਦਿਨ ਸੱਜਣਾ ਦੇ ਅਸੀਂ ਜਵਾਬ ਜਿਹੜੇ ਨੇ ਉਹ ਪੇਸ਼ ਕਰਾਂਗੇ ਅਤੇ ਕਮੈਂਟ ਪੜਾਂਗੇ। ਕੱਲ੍ਹ ਇਸ ਵਾਸਤੇ ਨਹੀਂ ਪੇਸ਼ ਕੀਤੇ ਗਏ ਕਿ ਨੈੱਟ ਬੰਦ ਸੀ ਪਾਕਿਸਤਾਨ ਵਿੱਚ, ਤੁਸੀਂ ਆਪ ਸਮਝਦੇ ਹੋ ਜਾਣਦੇ ਹੋ ਨੈੱਟ ਦੀ ਵਜ੍ਹਾ ਨਾਲ ਕੱਲ੍ਹ ਜਿਹੜਾ ਇਹਨੇ ਪ੍ਰੋਗਰਾਮ ਨਹੀਂ ਚੜ੍ਹ ਸਕਿਆ ਇਸ ਵਾਸਤੇ ਸੀ ਕਿਉਂਕਿ ਵਾਅਦਾ ਕੀਤਾ ਸੀ ਅਤੇ ਅਸੀਂ ਉਸ ਵਾਅਦੇ 'ਤੇ ਐਤਵਾਰ ਨੂੰ ਨਹੀਂ ਪਹੁੰਚ ਸਕੇ। ਅਸੀਂ ਸਰਵਰ ਅੱਜ ਸੋਮਵਾਰ ਨੂੰ ਪੇਸ਼ ਕਰ ਰਹੇ ਹਾਂ ਅਤੇ ਲੇਕਿਨ ਅਸੀਂ ਉਸ ਗੱਲ ਦੀ ਮਦਦ ਕਰਨੇ ਹਾਂ ਕਿਉਂਕਿ ਕੱਲ੍ਹ ਇਸ ਤਰ੍ਹਾਂ ਨਾਲ ਵਾਅਦਾ ਕੀਤਾ ਸੀ ਅਤੇ ਆਇੰਦਾ ਇਨਸ਼ਾ ਅੱਲਾ ਅੱਲਾਹ ਤਾਲਾ ਖੈਰ ਖਰੀਅਤ ਰੱਖੇ, ਸਿਹਤ ਰੱਖੇ, ਤੰਦਰੁਸਤ ਰੱਖੇ ਅਤੇ ਹਰ ਐਤਵਾਰ ਨੂੰ ਸ਼ਾਮ ਨੂੰ 7 ਵਜੇ ਸੱਜਣਾ ਨੂੰ ਨਾਲ ਸ਼ਾਮਿਲ ਕਰਕੇ ਅਸੀਂ ਅਤੇ ਪੇਸ਼ ਨਾ ਕਰਾਂਗੇ ਸਜਣੋ। ਅਤੇ ਹੁਣ ਟਾਈਮ ਜਿਹੜਾ ਇਸ ਪ੍ਰੋਗਰਾਮ ਦਾ ਇਹ ਖਤਮ ਹੋਇਆ। ਲੈ ਆਓ ਯਾਰ ਹਵਾਲੇ ਰੱਬ ਦੇ ਅਤੇ ਮੇਲੇ 4 ਦਿਨਾਂ ਦੇ, ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਹੋਸੀ ਈਦ ਮੁਬਾਰਕ ਅਤੇ ਜਿਸ ਦਿਨ ਫਿਰ ਮਿਲਾਂਗੇ ਸਜਣੋ। ਅਗਲੀ ਐਤਵਾਰ ਨੂੰ ਸਜਣਾ ਦੇ ਕਮੈਂਟ ਲੈ ਕੇ ਅਤੇ ਅਸੀਂ ਫਿਰ ਹਾਜ਼ਰ ਹੋਵਾਂਗੇ। ਕਹਾਣੀ ਜਿਹੜੀ ਹੈ ਸਾਡੀ ਇਹ ਰੋਜ਼ਾਨਾ ਸ਼ਾਮ ਨੂੰ ਤਾਜ਼ੀ ਹੁੰਦੀ ਹੈ ਅਤੇ ਸਜਣਾ ਦੇ ਕੋਲ ਪਹੁੰਚਦੀ ਰਹੇਗੀ। ਅਤੇ ਹੁਣ ਤੁਸੀਂ ਇਜਾਜ਼ਤ ਦਿਓ, ਜ਼ਿੰਦਗੀ ਰਹੀ ਅਤੇ ਕੱਲ੍ਹ ਸ਼ਾਮ ਨੂੰ ਕਹਾਣੀ ਨਵੀਂ ਦੇ ਨਾਲ ਫਿਰ ਮੁਲਾਕਾਤ ਕਰਾਂਗੇ ਜੀ। ਸਲਾਮ ਅਲੈਕੁਮ ਪਾਕਿਸਤਾਨ, ਜ਼ਿੰਦਾਬਾਦ।